ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਵਿੱਚ ਤੁਹਾਡਾ ਸਵਾਗਤ ਹੈ। ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ, ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ। ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਨਵੀਆਂ ਭਰਤੀਆਂ 2024 ਦੀਆਂ ਜਿਹੜੀਆਂ ਉਹ ਆਊਟ ਕੀਤੀਆਂ ਗਈਆਂ ਨੇ। 3500 ਪਲੱਸ ਨਿਊ ਵੈਕੈਂਸੀਜ਼ ਜਿਹੜੀਆਂ ਹੈਗੀਆਂ ਉਹ ਆਊਟ ਕੀਤੀਆਂ ਗਈਆਂ ਨੇ। ਅਗਰ ਯੋਗਤਾ ਦੀ ਗੱਲ ਕਰੀਏ ਤਾਂ ਪਲੱਸ ਟੂ ਗ੍ਰੈਜੂਏਟ ਜਿਹੜੀ ਆ ਉਹ ਰੱਖੀ ਗਈ ਹੈ। ਤਨਖਾਹ ਵੀ ਕਾਫੀ ਅੱਛੀ ਹੈ। ਕੀ ਹੈ ਪੂਰਾ ਨੋਟੀਫਿਕੇਸ਼ਨ, ਕਿਵੇਂ ਤੁਸੀਂ ਇਸ ਦੇ ਵਿੱਚ ਅਪਲਾਈ ਕਰਨਾ ਹੈ, ਪੂਰੀ ਡਿਟੇਲ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਏਗੀ। ਵੀਡੀਓ ਐਂਡ ਤੱਕਰ ਦੇਖਿਓ। ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤਾਂ ਚੱਲਦੇ ਹਾਂ ਨੋਟੀਫਿਕੇਸ਼ਨ ਵੱਲ। ਤਾਂ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਇੰਡੀਅਨ 에ਅਰ ਫੋਰਸ ਅਗਨੀਵੀਰ ਵਾਯੂ ਰਿਕਰੂਟਮੈਂਟ 2024 ਦਾ ਇੱਕ ਜਿਹੜਾ ਹੈਗਾ ਉਹ ਨੋਟੀਫਿਕੇਸ਼ਨ ਰਿਲੀਜ਼ ਕੀਤਾ ਗਿਆ। ਇਹ ਪੋਸਟਾਂ ਜੋ ਆਊਟ ਕੀਤੀਆਂ ਗਈਆਂ ਨੇ ਇਹ ਅਗਨੀਪਥ ਯੋਜਨਾ ਦੇ ਅੰਡਰ ਇਹ ਪੋਸਟਾਂ ਜਿਹੜੀਆਂ ਉਹ ਰਿਲੀਜ਼ ਕੀਤੀਆਂ ਜਾਂਦੀਆਂ ਨੇ। ਸੈਂਟਰਲ ਗਵਰਨਮੈਂਟ ਦੀਆਂ ਇਹ ਪੋਸਟਾਂ ਨੇ। ਨੇਮ ਆਫ ਪੋਸਟ ਦੀ ਗੱਲ ਕਰੀਏ ਤਾਂ ਅਗਨੀਵੀਰ ਵਾਯੂ ਦੀਆਂ ਇਹ ਪੋਸਟਾਂ ਨੇ। ਇਸ ਦੇ ਵਿੱਚ ਪੰਜਾਬ ਦੇ ਕੈਂਡੀਡੇਟ ਵੀ ਐਲੀਜੀਬਲ ਹੁੰਦੇ ਨੇ। ਨੰਬਰ ਆਫ ਵੈਕੈਂਸੀਜ਼ ਦੀ ਗੱਲ ਕਰੀਏ ਤਾਂ 3500 ਪੋਸਟਾਂ ਜਿਹੜੀਆਂ ਕੱਢੀਆਂ ਗਈਆਂ ਨੇ ਔਰ ਇਹਨਾਂ ਦੇ ਲਈ ਜੋ ਐਪਲੀਕੇਸ਼ਨ ਸਟਾਰਟ ਕੀਤੀਆਂ ਗਈਆਂ ਨੇ 17 ਜਨਵਰੀ 2024 ਤੋਂ ਆਨਲਾਈਨ ਐਪਲੀਕੇਸ਼ਨ ਇਸ ਦੀਆਂ ਸਟਾਰਟ ਹੋ ਚੁੱਕੀਆਂ ਨੇ। ਲਾਸਟ ਡੇਟ ਦੀ ਗੱਲ ਕਰੀਏ ਤਾਂ 6 ਫਰਵਰੀ 2024 ਇਸ ਦੀ ਲਾਸਟ ਡੇਟ ਰਹਿਣ ਵਾਲੀ ਹੈ। ਸਰਵਿਸ ਡਿਊਰੇਸ਼ਨ ਦੀ ਗੱਲ ਕਰੀਏ ਤਾਂ 4 ਸਾਲਾਂ ਦਾ ਤੁਹਾਡਾ ਜਿਹੜਾ ਹੈਗਾ ਸਰਵਿਸ ਪੀਰੀਅਡ ਰਹਿਣ ਵਾਲਾ। ਮੋਡ ਆਫ ਐਪਲੀਕੇਸ਼ਨ ਆਨਲਾਈਨ ਹੈ। ਟ੍ਰੇਨਿੰਗ ਡਿਊਰੇਸ਼ਨ 10 ਵੀਕ ਤੋਂ ਲੈ ਕੇ 6 ਮੰਥ ਤੱਕ ਹੋ ਸਕਦਾ ਹੈ। ਕੁਆਲੀਫਿਕੇਸ਼ਨ ਜਿਹੜੀ ਆ ਤੁਹਾਡੀ ਪਲੱਸ ਟੂ ਰਹਿਣ ਵਾਲੀ ਹੈ। ਆਫੀਸ਼ੀਅਲ ਵੈਬਸਾਈਟ ਇਸ ਦੀ ਜਿਹੜੀ ਹੈ ਅਗਨੀਪਥ ਵਾਯੂ .cdac.in ਤੇ ਤੁਸੀਂ ਜਾ ਕੇ ਇਸਦਾ ਆਫੀਸ਼ੀਅਲ ਨੋਟੀਫਿਕੇਸ਼ਨ ਚੈੱਕ ਵੀ ਕਰ ਸਕਦੇ ਹੋ ਔਰ ਇਸ ਦੇ ਵਿੱਚ ਆਨਲਾਈਨ ਐਪਲੀਕੇਸ਼ਨ ਤੁਸੀਂ ਫਿਲ ਵੀ ਕਰ ਸਕਦੇ ਹੋ। ਫਰਦਰ ਡਿਟੇਲ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਤੁਹਾਡਾ ਐਗਜ਼ਾਮ ਹੋਏਗਾ ਉਹ 17 ਮਾਰਚ 2024 ਦੇ ਵਿੱਚ ਤੁਹਾਡਾ ਇਹ ਐਗਜ਼ਾਮ ਜਿਹੜਾ ਉਹ ਕੰਡਕਟ ਕਰਵਾਇਆ ਜਾਏਗਾ। ਕੌਣ ਕੌਣ ਇਸ ਦੇ ਵਿੱਚ ਅਪਲਾਈ ਕਰ ਸਕਦਾ ਹੈ, ਏਜ ਲਿਮਿਟ ਕੀ ਰਹੇਗੀ? ਤਾਂ ਮਿਨੀਮਮ ਏਜ 17.5 ਸਾਲ ਹੋਣੀ ਚਾਹੀਦੀ ਹੈ ਔਰ ਮੈਕਸੀਮਮ ਏਜ ਜਿਹੜੀ ਹੈ ਉਹ 21 ਸਾਲ ਰੱਖੀ ਗਈ ਹੈ। ਇਸਦਾ ਮਤਲਬ ਏਜ ਰੇਂਜ ਜੋ ਤੁਹਾਡੀ ਹੋਣੀ ਚਾਹੀਦੀ ਹੈ ਉਹ 2001-2004 ਤੋਂ ਲੈ ਕੇ 2007-2007 ਤੱਕ ਤੁਹਾਡੀ ਜਿਹੜੀ ਹੈ ਏਜ ਰੇਂਜ ਹੋਣੀ ਚਾਹੀਦੀ ਹੈ। ਐਲੀਜੀਬਿਲਿਟੀ ਕ੍ਰਾਈਟੇਰੀਆ ਦੀ ਗੱਲ ਕਰੀਏ, ਸਾਇੰਸ ਸਬਜੈਕਟ ਦੇ ਵਿੱਚ ਪਲੱਸ ਟੂ ਇੰਟਰਮੀਡੀਏਟ ਵਿਦ ਮੈਥਮੈਟਿਕਸ, ਫਿਜਿਕਸ ਅਤੇ ਇੰਗਲਿਸ਼ ਦੇ ਨਾਲ ਤੁਹਾਡੇ ਮਿਨੀਮਮ 50% ਜਿਹੜੇ ਆ ਉਹ ਨੰਬਰ ਹੋਣੇ ਚਾਹੀਦੇ ਨੇ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਆ ਮਾਰਕਸ ਐਂਡ 50% ਇਨ ਇੰਗਲਿਸ਼ ਦੇ ਵਿੱਚ ਤੁਹਾਡੇ ਹੋਣੇ ਚਾਹੀਦੇ ਨੇ। 3-year ਡਿਪਲੋਮਾ ਇਨ ਇੰਜੀਨੀਅਰਿੰਗ ਦਾ ਮੰਗਿਆ ਜਿਹਦੇ ਵਿੱਚ ਮਿਨੀਮਮ 50% ਮਾਰਕਸ ਹੈ ਔਰ ਇੰਗਲਿਸ਼ ਦੇ ਵਿੱਚ ਵੀ ਜਿਹੜਾ ਹੈਗਾ ਉਹ 50% ਤੁਹਾਡੇ ਰਹਿਣ ਵਾਲੇ ਨੇ। 2-year ਵੋਕੇਸ਼ਨਲ ਕੋਰਸ ਵਿਦ ਨੋਨ ਵੋਕੇਸ਼ਨਲ ਸਬਜੈਕਟ ਫਿਜਿਕਸ ਅਤੇ ਮੈਥ ਦੇ ਵਿੱਚ ਵੀ ਸੇਮ ਜਿਹੜਾ ਹੈਗਾ ਉਹ ਐਲੀਜੀਬਿਲਿਟੀ ਤੁਹਾਡੀ ਰਹਿਣ ਵਾਲੀ ਹੈ। ਐਲੀਜੀਬਿਲਿਟੀ ਕ੍ਰਾਈਟੇਰੀਆ ਫਾਰ ਅਦਰ ਦੈਨ ਸਾਇੰਸ ਸਬਜੈਕਟ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਪਲੱਸ ਟੂ ਇੰਟਰਮੀਡੀਏਟ ਮਿਨੀਮਮ 50% ਮਾਰਕਸ ਐਗਰੀਗੇਟ ਐਂਡ 50% ਮਾਰਕਸ ਇਨ ਇੰਗਲਿਸ਼ ਜਿਹੜਾ ਮੰਗਿਆ ਗਿਆ ਔਰ 2-year ਵੋਕੇਸ਼ਨਲ ਕੋਰਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਵੀ ਮਿਨੀਮਮ 50% ਐਗਰੀਗੇਟ ਐਂਡ 50% ਮਾਰਕਸ ਇਨ ਇੰਗਲਿਸ਼ ਜਿਹੜਾ ਉਹ ਤੁਹਾਡਾ ਮੰਗਿਆ ਗਿਆ ਹੈ। ਫੀ ਦੀ ਗੱਲ ਕਰਾਂ ਤਾਂ 550 ਰੁਪਏ ਤੁਹਾਡੀ ਜਿਹੜੀ ਆ ਉਹ ਫੀ ਰਹਿਣ ਵਾਲੀ ਹੈ। ਇਸ ਦੇ ਵਿੱਚ ਸਾਰੀਆਂ ਕੈਟੇਗਰੀ ਦੇ ਲਈ ਸੇਮ ਫੀ ਹੀ ਰਹਿਣ ਵਾਲੀ ਹੈ। ਆਨਲਾਈਨ ਤੁਸੀਂ ਜਿਹੜਾ ਹੈਗਾ ਇਹ ਫੀ ਸਬਮਿਟ ਕਰਵਾਉਣੀ ਹੋਏਗੀ। ਇਸ ਦੇ ਵਿੱਚ ਤੁਹਾਡਾ ਜਿਹੜਾ ਸਿਲੈਕਸ਼ਨ ਪ੍ਰੋਸੈਸ ਰਹਿਣ ਵਾਲਾ ਹੈ ਉਹ ਰਿਟਨ ਐਗਜ਼ਾਮ ਰਹੇਗਾ। ਰਿਟਨ ਐਗਜ਼ਾਮ ਤੋਂ ਬਾਅਦ ਫਿਜ਼ੀਕਲ ਫਿਟਨੈਸ ਟੈਸਟ ਔਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਹੈਗਾ ਉਹ ਮੈਡੀਕਲ ਐਗਜ਼ਾਮ ਜਿਹੜਾ ਹੈਗਾ ਉਹ ਰੱਖਿਆ ਗਿਆ ਹੈ।
ਉਸ ਤੋਂ ਬਾਅਦ ਗੱਲ ਕਰੀਏ ਸੈਲਰੀ ਦੀ, ਤੋਂ ਤੁਹਾਡੀ ਜਿਹੜੀ 4 ਸਾਲਾਂ ਦੇ ਪੀਰੀਅਡ ਦੇ ਵਿੱਚ ਜੋ ਸੈਲਰੀ ਰਹਿਣ ਵਾਲੀ ਹੈ, ਫਸਟ ਈਅਰ ਦੇ ਵਿੱਚ 30,000 ਸੈਲਰੀ, ਸੈਕਿੰਡ ਦੇ ਵਿੱਚ 33,000 ਸੈਲਰੀ, ਥਰਡ ਦੇ ਵਿੱਚ 36,500 ਅਤੇ ਫੋਰਥ ਈਅਰ ਦੇ ਵਿੱਚ ਜਿਹੜਾ ਉਹ 40,000 ਸੈਲਰੀ ਜਿਹੜੀ ਉਹ ਤੁਹਾਡੀ ਉਹ ਰਹਿਣ ਵਾਲੀ ਹੈ। ਇਹ ਤੁਸੀਂ ਆਪਣਾ ਐਗਜ਼ਾਮ ਪੈਟਰਨ ਜਿਹੜਾ ਹੈਗਾ ਉਹ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ, ਜੋ ਇਹਨਾਂ ਦਾ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਉਹਨਾਂ ਤੇ ਤੁਸੀਂ ਇਹ ਚੈੱਕ ਕਰ ਸਕਦੇ ਹੋ ਔਰ ਆਪਣੀ ਤਿਆਰੀ ਜਿਹੜੀ ਆ ਉਹ ਕਰ ਸਕਦੇ ਹੋ। ਜਿਹੜੇ ਵੀ ਕੈਂਡੀਡੇਟ ਇਸ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ ਉਹ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਅਪਲਾਈ ਜਿਹੜਾ ਹੈਗਾ ਉਹ ਕਰ ਸਕਦੇ ਨੇ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਵੀਡੀਓ ਦੇ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤਾਂ ਥੈਂਕ ਯੂ।